ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮਨਤਾਰ ਸਿੰਘ ਬਰਾੜ, ਸਾਬਕਾ MLA ਕੋਟਪੁਰਾ। ਦਾਸ ਦੀ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਗਿੱਦੜਵਾ ਬਾਈ ਇਲੈਕਸ਼ਨ ਦੇ ਵਿੱਚ ਵਾਰਡ ਨੰਬਰ 1, ਵਾਰਡ ਨੰਬਰ 2 ਅਤੇ ਵਾਰਡ ਨੰਬਰ 3 ਵਿੱਚ 6 ਬੂਥ ਪੈਂਦੇ, ਉਹਨਾਂ ਦੇ ਉੱਤੇ ਲਾਈ ਗਈ ਸੀ। ਕਿਉਂਕਿ ਸ਼ਹਿਰ ਹੋਣ ਕਰਕੇ ਪਿੰਡਾਂ ਦੀਆਂ ਮੀਟਿੰਗਾਂ ਅਸੀਂ ਸੋਮਵਾਰ, ਮੰਗਲਵਾਰ, ਬੁੱਧਵਾਰ ਕਰਦੇ ਹਾਂ, ਅਤੇ ਜਿਹੜੀਆਂ ਸ਼ਹਿਰ ਦੀਆਂ ਮੀਟਿੰਗਾਂ ਉਹ ਅਸੀਂ ਸ਼ਨੀਵਾਰ ਅਤੇ ਐਤਵਾਰ ਕਰਦੇ ਹਾਂ। ਕੱਲ੍ਹ ਕਿਸੇ ਕਾਰਨ ਮੈਨੂੰ ਕੰਮ ਸੀਗਾ, ਮੈਂ ਨਹੀਂ ਆ ਸਕਿਆ। ਅੱਜ ਮੈਂ ਸ਼ਹਿਰ ਦੀਆਂ ਮੀਟਿੰਗਾਂ ਰੱਖੀਆਂ ਸੀ ਗਿੱਦੜਵੇ ਦੀਆਂ, ਅਤੇ ਅੱਜ ਜਦੋਂ ਮੈਂ ਗਿੱਦੜਵੇ ਲਗਭਗ, ਕਿਉਂਕਿ ਪਹਿਲਾਂ ਸਾਡੇ ਹਲਕੇ ਦੇ ਵਿੱਚ ਕੋਈ ਭੋਗ ਸੀਗੇ ਗਮੀ ਦੇ, ਅਤੇ ਉਹਨਾਂ ਤੋਂ ਵਿਹਲਾ ਹੋ ਕੇ 2:30 ਵਜੇ ਚੱਲਿਆ। ਜਦੋਂ ਮੈਂ ਇੱਥੇ ਪਹੁੰਚਿਆ 3:30 ਵਜੇ, ਅਤੇ ਜਿਹਨਾਂ ਨੂੰ ਮੈਂ ਮੀਟਿੰਗਾਂ ਆਖੀਆਂ ਸੀਗੀਆਂ, ਅਤੇ ਉੱਥੇ ਮੈਂ ਆ ਕੇ ਗੱਲ ਮੈਨੂੰ ਸੁਣਨ ਨੂੰ ਹੋਰ ਹੀ ਮਿਲੀ ਕਿ ਵੀ ਬਾਈ ਜੀ ਡਿੰਪੀ, ਜੋ ਕਿ ਸੰਭਾਵੀ ਉਮੀਦਵਾਰ ਸਾਡੇ ਵੱਲੋਂ ਪਾਰਟੀ ਵੱਲੋਂ ਸੀਗੇ, ਲਗਭਗ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਪਿਛਲੇ 4-5 ਦਿਨ ਉਹਨਾਂ ਨੇ ਹਲਕੇ ਦੇ ਵਿੱਚ ਲਾਏ ਆ, 9 ਪਿੰਡ ਕੱਢੇ ਆ ਉਹਨਾਂ ਨੇ, ਅਤੇ ਉਹ ਬਾਈ ਜੀ ਡਿੰਪੀ ਹੋਰਾਂ ਉੱਤੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਸਾਰੇ ਪਿੰਡ ਕੱਢੇ ਆ, ਤਾਂ ਜੋ ਉਹ ਉੱਥੇ ਜਾ ਕੇ ਗੱਲ ਕਰ ਸਕਣ, ਅਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਡਿੰਪੀ ਹੈ। ਔਰ ਉੱਥੇ ਜਾ ਕੇ ਜਦੋਂ ਅਸੀਂ ਗਏ ਤਾਂ ਸਾਨੂੰ ਪਤਾ ਲੱਗਾ ਕਿ ਆਹ ਗੱਲ ਹੋ ਗਈ, ਵੀ ਕੋਈ ਇਸ ਤਰ੍ਹਾਂ ਦੀ ਅਫਵਾਹ ਸੁਣੀ ਕਿ ਬਾਈ ਜੀ ਡਿੰਪੀ ਹੋਰੀ ਆਪ ਦੇ ਵਿੱਚ ਜਾ ਰਹੇ ਹੈ। ਸਾਨੂੰ ਬੜੀ ਹੈਰਾਨੀ ਹੋਈ, ਮੈਂ ਫੋਨ ਲਾਇਆ, ਨਹੀਂ ਚੱਕਿਆ ਉਹਨਾਂ ਨੇ। ਮੈਂ ਫਿਰ ਕੁਛ ਸਮਰਥਕਾਂ ਨੂੰ ਫੋਨ ਲਾਏ, ਕੁਛ ਨੇ ਚੱਕੇ, ਕੁਛ ਨੇ ਨਹੀਂ ਚੱਕੇ, ਉਹਨਾਂ ਕੋਲੋਂ ਵੀ ਇਹੀ ਪਤਾ ਲੱਗਾ। ਅਤੇ ਪਰ ਦੇਖੋ ਗੱਲ ਸੁਣੋ, ਵੀ ਇਲੈਕਸ਼ਨ ਤਾਂ ਹਜੇ ਅਨਾਊਂਸ ਹੋਈ ਨਹੀਂ ਗੀ, ਲੇਕਿਨ ਪ੍ਰਧਾਨ ਜੀ ਨੇ ਆਪਣਾ ਕੰਮ ਆਰੰਭ ਕਰਤਾ ਸੀਗਾ ਵੀ 4 ਹਲਕੇ 'ਚ ਇਲੈਕਸ਼ਨ ਹੈਗੀ, ਮੈਂ ਮਨਿਊਟਰੀ ਕੰਮ ਕਰਨਾ, ਬਰੀਕੀ ਨਾਲ ਕੰਮ ਕਰਨਾ, ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ। ਅਤੇ ਸਭ ਤੋਂ ਵੱਧ ਕੰਮ ਉਹਨਾਂ ਨੇ ਗਿੱਦੜਵੇ 'ਚ ਕੀਤਾ ਸੀਗਾ, ਜਿੱਥੇ ਉਹਨਾਂ ਨੇ ਬਾਈ ਡਿੰਪੀ ਹੋਰਾਂ ਨਾਲ ਲੈ ਕੇ ਹਲਕਾ ਕੱਢਿਆ। ਔਰ ਪਿਛਲੀ ਵਾਰੀ ਵੀ ਉਹ ਇਲੈਕਸ਼ਨ ਲੜੇ, ਉਦੋਂ ਪਿਛਲੀ ਵਾਰੀ ਵੀ ਇਲੈਕਸ਼ਨ ਲੜੇ, ਠੋਕ ਕੇ ਮਦਦ ਕੀਤੀ ਅਕਾਲੀ ਦਲ ਨਾਲ ਖੜੇ ਰਹੇ। ਮੈਂ ਤਾਂ ਬਹੁਤ ਹੈਰਾਨ ਹੋਇਆ, ਕਿਤੇ ਕਿਤੇ ਮੈਨੂੰ ਗੱਲ ਸੁਣਨ ਨੂੰ ਮਿਲੀ ਵੀ ਅਖੇ ਜੀ ਇਹ ਤਾਂ ਫੈਸਲਾ ਹੋ ਗਿਆ ਬਾਦਲ ਸਾਹਿਬ ਦਾ ਕਿ ਸ਼ਾਇਦ ਮਨਪ੍ਰੀਤ ਨੂੰ ਟਿਕਟ ਦੇ ਰਹੇ ਆ ਉਹ। ਵੀ ਮਨਪ੍ਰੀਤ ਸਿੰਘ ਬਾਦਲ ਤਾਂ ਹਜੇ ਸਾਡੀ ਪਾਰਟੀ ਦੇ ਵਿੱਚ ਆਏ ਹੀ ਨਹੀਂ, ਸ਼ਾਮਿਲ ਹੀ ਨਹੀਂ ਹੋਏ, ਟਿਕਟ ਤਾਂ ਦੂਰ ਦੀ ਗੱਲ ਹੈਗੀ ਹੈ। ਨਾਲੇ ਇਹ ਤਾਂ ਸਾਡੀ ਮੀਟਿੰਗ ਦੇ ਵਿੱਚ, ਸਾਡੀ ਕੋਰ ਕਮੇਟੀ ਦੀ ਮੀਟਿੰਗ ਵਿੱਚ, ਕੋਰ ਕਮੇਟੀ ਨੇ, ਮੈਂ ਮੈਂਬਰ ਹਾਂ ਕੋਰ ਕਮੇਟੀ ਦਾ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਹੋਰਾਂ ਨੇ ਆਖਿਆ ਸੀਗਾ ਕਿ ਬਾਦਲ ਸਾਹਿਬ, ਪ੍ਰਧਾਨ ਸਾਹਿਬ, ਤੁਸੀਂ ਚੋਣ ਲੜੋ। ਅਤੇ ਬਾਦਲ ਸਾਹਿਬ ਨੇ ਆਖਿਆ ਸੀਗਾ ਕਿ ਨਹੀਂ, ਉੱਥੋਂ ਡਿੰਪੀ ਪਹਿਲਾਂ ਚੋਣ ਲੜਿਆ 2 ਵਾਰ, ਅਤੇ ਪਿਛਲੀ ਦਫ਼ਾ ਥੋੜ੍ਹੇ ਮਾਰਜਨ ਨਾਲ ਹਾਰਿਆ, ਅਤੇ ਮੈਂ ਉਹਦਾ ਹੱਕ ਨਹੀਂ ਖੋਣਾ ਗਾ, ਅਤੇ ਮੈਂ ਉਹਦੇ ਵਾਸਤੇ ਜ਼ੋਰ ਲਾਉਣਾ। ਇਸ ਕਰਕੇ ਇਹ ਅਫਵਾਹਾਂ ਸੁਣਨ ਜਿਹੜੀਆਂ ਹੈਗੀਆਂ ਮਿਲ ਰਹੀਆਂ, ਮੈਨੂੰ ਇਹ ਗੱਲ ਆ ਜਿਹੜੀ ਹੈਗੀ ਹੈ ਬਹੁਤ ਚੰਗੀ ਨਹੀਂ ਲੱਗੀ, ਮੈਨੂੰ ਹਜ਼ਮ ਨਹੀਂ ਆ ਰਹੀ ਗੱਲ ਇਹ। ਅਤੇ ਮੈਂ ਬਾਈ ਡਿੰਪੀ ਨਾਲ ਵੀ ਬੇਨਤੀ ਕਰਨਾ ਕਿ ਪਾਰਟੀ ਨੇ ਤੁਹਾਨੂੰ ਇੰਨਾ ਮਾਨ ਸਨਮਾਨ ਦਿੱਤਾ, ਅਤੇ ਪਾਰਟੀ ਨੂੰ ਸੱਟ ਨਾ ਮਾਰੋ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।